ਸਾਤ ਸੰਗਤ ਜੀਓ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਸ਼ਾਇਦ ਉਹ ਵੀਡੀਓ ਤੁਸੀਂ ਵੀ ਵੇਖੀ ਹੋਵੇ ਇੰਸਟਾਗ੍ਰam ਤੇ ਉਹ ਵੀਡੀਓ ਕਾਫੀ ਲੋਕਾਂ ਨੇ ਵੇਖੀ ਹੈ ਤੇ ਕਾਫੀ ਲੋਕਾਂ ਨੇ ਉਹਦੇ ਕਮੈਂਟ ਵੀ ਕੀਤੇ ਨੇ ਗੁੱਡ ਕਮੈਂਟ ਔਰ ਬੈਡ ਕਮੈਂਟ ਜਿਨੂੰ ਆਪਾਂ ਕਹਿ ਸਕਦੇ ਹਾਂ ਹੁਣ ਉਹਦੇ ਵਿੱਚ 48 ਘੰਟਿਆਂ ਦੇ ਵਿੱਚ ਇੱਕ ਸ੍ਰੀ ਅਖੰਡ ਪਾਠ ਸਾਹਿਬ ਪੂਰਨਤਾ ਕੀਤੀ ਗਈ ਹੈ ਇੱਕੋ ਭਾਈ ਸਾਹਿਬ ਦੇ ਵੱਲੋਂ ਇੱਕ ਚੌਂਕੜੇ ਦੇ ਵਿੱਚ ਹੀ ਹੁਣ ਕੀ ਹੈ ਸਹੀ ਹੈ ਜੀ ਤੁਹਾਡੇ ਆਪਣੇ ਵਿਚਾਰ ਕੀ ਹੋਣਗੇ ਮੈਨੂੰ ਨਹੀਂ ਪਤਾ ਪਰ ਇਸ ਵਿਸ਼ੇ ਤੇ ਬੇਨਤੀਆਂ ਪਰ ਸਾਂਝੀਆਂ ਕਰਨੀਆਂ ਨੇ ਪਹਿਲਾਂ ਤਾਂ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਜੀ ਦੇ ਤੇ ਹੋ ਜਾਏ ਸਾਧ ਸੰਗਤ ਉਹ ਵੱਡੀ ਤੋਂ ਵੱਡੀ ਕਠਿਨਾਈ ਜਿਹੜੀ ਹੈ ਪਾਰ ਕਰ ਸਕਦਾ ਹੈ ਆਪਾਂ ਕੇਵਲ 48 ਮਿੰਟ ਬੈਠਣ ਲਈ ਤਿਆਰ ਨਹੀਂ ਪਰ 48 ਘੰਟੇ ਤੱਕ ਲਗਾਤਾਰ ਚੌਂਕੜਾ ਮਾਰ ਕੇ ਪਾਠ ਕਰਦੇ ਰਹਿਣਾ ਸਹੀ ਹੈ ਨਾ ਜੀ ਕੀ ਗਲਤ ਹੈ ਜੀ 48 ਘੰਟੇ ਤੱਕ ਲਗਾਤਾਰ ਚੌਂਕੜਾ ਮਾਰ ਕੇ ਪਾਠ ਕਰਨਾ ਤੇ ਪਿਆਰਿਓ ਕੋਈ ਛੋਟੀ ਜੀ ਗੱਲ ਥੋੜਾ 48 ਮਿੰਟ ਬੈਠਣੇ ਔਖੇ ਹੋ ਜਾਂਦੇ 48 ਸੈਕਿੰਡ ਜੇ ਕਹਿਣਾ ਪੈ ਜਨਾ ਵਾਹਿਗੁਰੂ 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 ਉਹ ਵੀ ਮਨ ਭਜਦਾ ਵੀ ਹੋ ਗਏ ਕਿ ਨਹੀਂ 48 ਸੈਕਿੰਡ 48 ਸੈਕਿੰਡ ਦੀ ਗੱਲ ਕਰ ਰਹੇ ਹਾਂ ਜੀ 48 ਮਿੰਟ ਤੇ ਫਿਰ ਵੱਡੇ ਹੋ ਗਏ 48 ਘੰਟੇ ਤਾਂ ਫਿਰ ਉਦੋਂ ਵੀ ਵੱਡੇ ਹੋ ਗਏ 48 ਘੰਟੇ ਤੁਸੀਂ ਐ ਦੇਖ ਲਓ ਫਿਰ 3 ਦਿਨ ਦਾ ਸਮਾਂ ਲੱਗਿਆ ਜੀ 24 ਘੰਟੇ 2 ਦਿਨ ਦਾ ਸਮਾਂ ਹੋ ਗਿਆ ਤੀਜਾ ਦਿਨ ਸ਼ੁਰੂ ਹੋ ਜਾਂਦਾ ਜੀ ਤੀਜਾ ਦਿਨ ਸ਼ੁਰੂ ਹੋ ਗਿਆ 48 ਘੰਟਿਆਂ ਤੋਂ ਬਾਅਦ ਹੁਣ ਤੇ ਬੇਨਤੀ ਕਰ ਦਮਾਂ ਸਾਧ ਸੰਗਤ ਇੱਕ ਭਾਈ ਸਾਹਿਬ ਨੇ ਜਿਨ੍ਹਾਂ ਨੇ ਇੱਕ ਚੌਂਕੜੇ ਦੇ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਕੀਤੀ ਹੈ ਕੀ ਕੋਈ ਮਾੜਾ ਹੋ ਗਿਆ ਜੀ ਤੇ ਮੈਂ ਤੁਹਾਨੂੰ ਪਤਾ ਵੀ ਦੱਸਦਾਗਾ ਉਹ ਭਾਈ ਸਾਹਿਬ ਦਾ ਉਹਨਾਂ ਨੇ ਇੱਕੋ ਚੌਂਕੜੇ ਦੇ ਵਿੱਚ ਇੰਨੀ ਵੱਡੀ ਸੇਵਾ ਕੀਤੀ ਹੈ ਹੁਣ ਕਈ ਸਾਡੇ ਵਿਦਵਾਨਾ ਸੋਹ ਕਹਿੰਦੇ ਜੀ ਸਹੀ ਨਹੀਂ ਹੈਗਾ ਜੀ ਐ ਨਹੀਂ ਹੁੰਦਾ ਜੀ ਅਸੀਂ ਮੰਨਦੇ ਨਹੀਂ ਜੀ ਅਸੀਂ ਐ ਨਹੀਂ ਕਰਦੇ ਜੀ ਸਤ ਸੰਗਤ ਬੜੇ ਸਾਡੇ ਵਿੱਚ ਵਿਦਵਾਨ ਬੈਠੇ ਆ ਜਿਨ੍ਹਾਂ ਨੂੰ ਚੰਚ ਗਿਆਨੀ ਕਹਿੰਦੇ ਆ ਜਿਨ੍ਹਾਂ ਨੂੰ ਪਤਾ ਕੱਖ ਦਾ ਨਹੀਂ ਪਰ ਗੱਲਾਂ ਵੱਡੀਆਂ ਵੱਡੀਆਂ ਐ ਹੋ ਗਿਆ ਜੀ ਫਲਾਨਾ ਹੋ ਗਿਆ ਜੀ ਇਹ ਹੋ ਗਿਆ ਆ ਹੋ ਗਿਆ ਸਤ ਸੰਗਤ ਤੁਹਾਨੂੰ ਦੱਸਾਂ ਵੀ ਗੁਰਦੁਆਰਾ ਨਾਨਕਸਰ 68 ਈਸ਼ਵਰ ਦਰਬਾਰ ਵਿਖੇ ਇੱਕ ਮੰਡਰੇਰ ਸਟਰੀਟ ਵੁਲਵਰਹੈਂਪਟਨ ਦੇ ਵਿੱਚ WV3 OJU ਵਿਖੇ ਬਾਬਾ ਰਾਜਾ ਸਿੰਘ ਜੀ ਨੇ ਕਾਲ ਚਰਾਣੀ ਵਾਲੇ ਇੱਕੋ ਚੌਂਕੜੇ ਦੇ ਵਿੱਚ ਉਹਨਾਂ ਨੇ 48 ਘੰਟਿਆਂ ਦੇ ਵਿੱਚ ਸ਼੍ਰੀ ਖਾਨਪਾਟ ਸਾਹਿਬ ਦੀ ਸੰਪੂਰਨਤਾ ਕੀਤੀ ਹੈ ਤੁਸੀਂ ਵੇਖਿਆ ਹੋਣਾ ਵੀਡੀਓ ਦੇ ਵਿੱਚ ਉਹਨਾਂ ਨੂੰ ਫੜ ਕੇ ਉਠਾਰੇ ਨੇ ਉਹਨਾਂ ਤੋਂ ਉੱਠਿਆ ਨਹੀਂ ਜਾ ਰਿਹਾ ਕਿਉਂਕਿ ਇੱਕਦਮ ਲੱਤਾਂ ਜਿਹੜੀਆਂ ਨੇ ਆਕੜ ਜਾਂਦੀਆਂ ਨੇ ਮੈਂ ਇੱਥੇ ਇੱਕ ਬੇਨਤੀ ਜ਼ਰੂਰ ਕਰ ਦਵਾਂ ਪੁਰਾਣੇ ਸਮੇਂ ਇਹੋ ਜੇ ਸੀ ਸਾਧ ਸੰਗਤ ਜਿਨ੍ਹਾਂ ਸਮਿਆਂ ਦੇ ਵਿੱਚ ਗੁਰਸਿੱਖ ਆਪ ਆਪਣੇ ਪਿੱਠ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿੰਦੇ ਸੀ ਪੁਰਾਣੇ ਬਜ਼ੁਰਗ ਦੱਸਦੇ ਆ ਇਤਿਹਾਸ ਦੇ ਵਿੱਚੋਂ ਪ੍ਰਾਣੇ ਪ੍ਰਾਤਨ ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਹੈ ਕਹਿੰਦੇ ਤਤਪਰ ਰਹਿੰਦੇ ਸੀ ਸੇਵਾ ਲਈ ਆਪਾਂ ਗੁਰਬਾਣੀ ਵਿੱਚੋਂ ਪੜ੍ਹਦੇ ਨਾ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਆਪਣਾ ਆਪਾ ਗਵਾਉਣਾ ਪੈਂਦਾ ਜੇਕਰ ਗੁਰੂ ਘਰ ਤੋਂ ਮਾਨ ਲੈਣਾ ਹੈ ਗੁਰੂ ਤੋਂ ਮਾਨ ਪ੍ਰਾਪਤ ਕਰਨਾ ਹੈ ਕਹਿੰਦੇ ਨੇ ਆਪਣਾ ਸਰੀਰ ਨੀਵਾ ਧਰਤੀ ਤੇ ਜਿਵੇਂ ਆਪਾਂ ਮੱਥਾ ਟੇਕਦੇ ਨਾ ਐਵੇਂ ਗੋਡਿਆਂ ਭਾਰ ਕਰਕੇ ਬਾਹਾਂ ਥੱਲੇ ਲਾ ਕੇ ਆਪਣੇ ਢੂਏ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾ ਲੈਂਦੇ ਸੀ ਕਿਉਂਕਿ ਮੰਜੀ ਸਾਹਿਬ ਉਹਨਾਂ ਸਮੇਂ ਦੇ ਵਿੱਚ ਪੋਥੀ ਸਾਹਿਬ ਨੂੰ ਐ ਪ੍ਰਕਾਸ਼ ਕਰਾ ਲੈਂਦੇ ਸੀ ਨਿਤਨੇਮ ਕਰਨਾ ਬਾਣੀ ਪੜਨੀ ਭਾਵ ਇੱਕ ਸਿੰਘ ਐਦਾਂ ਰਹਿੰਦਾ ਸੀ ਤੇ ਪਰ ਪਿਆਰਿਓ ਯਾਦ ਰੱਖਿਓ ਅੱਜ ਜੇ 48 ਘੰਟਿਆਂ 'ਚ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨਤਾ ਹੋ ਰਹੀ ਹੈ ਖੰਡ ਪਾਠ ਸਾਹਿਬ ਦੀ ਇੱਕੋ ਬੰਦੇ ਨੇ ਕਰਤੀ ਇਹ ਗੱਲ ਥੋੜੀ ਜੀ ਛੋਟਾ ਇਹ ਥੋੜੀ ਜੀ ਨਿਗਲ ਹੈਗੀ ਇਹ ਬਹੁਤ ਵੱਡੀ ਗੱਲ ਹੈ ਜੀ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ ਫਿਰ ਕੀ ਹੋਇਆ ਜੀ ਇੱਕ ਸੰਪੂਰਨ ਕਰਤੈ ਖੰਡ ਪਾਠ ਸਾਹਿਬ ਕਹਿੰਦੇ ਜੀ ਗੁਰੂ ਸਾਹਿਬ ਨੇ ਤਾਂ ਕਿਹਾ ਨਹੀਂ ਜੀ ਖੰਡ ਪਾਠ ਸਾਹਿਬ ਕਰਨ ਨੂੰ ਸਹਿਜ ਪਾਠ ਕਰਨ ਨੂੰ ਤੇ ਪਿਆਰਿਓ ਮੈਂ ਬੇਨਤੀ ਕਰਾਂ ਜੇ ਕੋਈ ਕਰ ਰਿਹਾ ਹੈ ਤਾਂ ਉਹਦਾ ਸਾਥ ਦਿਆ ਕਰੋ ਇਹ ਨਹੀਂ ਲੱਤਾਂ ਖਿੱਚਣ ਲਾ ਜਾ ਕਰੋ ਵੀ ਐ ਨਹੀਂ ਕਿਹਾ ਪਾਤਸ਼ਾਹ ਨੇ ਇਹ ਨਹੀਂ ਕਿਹਾ ਸਾਧ ਸੰਗਤ ਗੁਰਬਾਣੀ ਪੜ੍ਹਨੀ ਹੈ ਜਿਵੇਂ ਮਰਜ਼ੀ ਕਰੋ ਠੀਕ ਹੈ ਜੀ ਖਣਪੜ ਚਾਹੇ ਉਹਨਾਂ ਦਾ ਆਪਦਾ ਸੀ ਚਾਹੇ ਕਿਸੇ ਹੋਰ ਦਾ ਸੀ ਪਰ ਇੱਕੋ ਖਣਪੜ ਚੌਂਕੜੇ ਦੇ ਵਿੱਚ ਇੱਕੋ ਹੀ ਚੌਂਕੜੇ ਦੇ ਵਿੱਚ ਖਣਪੜ ਸਾਭ ਹੋ ਜਾਣਾ ਜਦੋਂ ਤੋਂ ਪ੍ਰਕਾਸ਼ ਹੋ ਜਾਣਾ ਐਨ ਅੰਤ ਤੱਕ ਗੁਰਬਾਣੀ ਦਾ ਪਾਠ ਕਰ ਦੇਣਾ ਕੋਈ ਛੋਟੀ ਜੀ ਗੱਲ ਥੋੜਾ ਇਹ ਬਹੁਤ ਵੱਡੀ ਗੱਲ ਹੈ ਸਾਧ ਸੰਗਤ ਸਾਡੇ ਗਿਆਨਾਂ ਸਿਓ ਕਹਿੰਦੇ ਜੀ ਇਹ ਸਹੀ ਨਹੀਂ ਹੈਗਾ ਜੀ ਐ ਗੁਰੂ ਪਾਤਸ਼ਾਹ ਨੇ ਥੋੜੀ ਕਿਹਾ ਜੀ ਸਰੀਰ ਨੂੰ ਦੁੱਖ ਦੇਣਾ ਜੀ ਐ ਆ ਜੀ ਫਲਾਣਾ ਜੀ ਟਿਕੜਾ ਜੀ ਸਾਧ ਸੰਗਤ ਜੇ ਸਰੀਰ ਨੂੰ ਦੁੱਖ ਦੇਣ ਦੀ ਗੱਲ ਹੈ ਤੇ ਫਿਰ ਅਸੀਂ ਉਹਨਾਂ ਸ਼ਹੀਦਾਂ ਤੇ ਉਂਗਲ ਚੁੱਕ ਰਹੇ ਹਾਂ ਭਾਈ ਮਤੀ ਦਾਸ ਭਾਈ ਸਤੀ ਦਾਸ ਉਹ ਵੀ ਕਹਿੰਦੇ ਵੀ ਸਰੀਰ ਨੂੰ ਦੁੱਖ ਦੇਣ ਨਾਲ ਥੋੜਾ ਰੱਬ ਮਿਲਦਾ ਨਾ ਨਾ ਜੀ ਉਹ ਤਾਂ ਫਿਰ ਔਰੰਗਜ਼ੇਬ ਦੀ ਦੀਨ ਕਬੂਲ ਲੈਂਦੇ ਕੀ ਲੋੜ ਪਈ ਸੀ ਹਾਂ ਠੀਕ ਹੈ ਜੀ ਉਹ ਗੱਲ ਇੱਕ ਉਹ ਵਿਸ਼ਾ ਇੱਕ ਵੱਖਰਾ ਰਿਹਾ ਪਰ ਇਹ ਗੱਲ ਇੱਕ ਵੱਖਰੀ ਰਹੀ ਹੈ ਪਰ ਪਿਆਰਿਓ ਗੁਰੂ ਦੇ ਲਈ ਜਦੋਂ ਪਿਆਰ ਹੋਵੇ ਨਾ ਸਤਗੁਰੂ ਦੇ ਲਈ ਜਦੋਂ ਪਿਆਰ ਹੋਵੇ ਨਾ ਫਿਰ ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ ਪਿਆਰਿਓ ਫਿਰ ਇਹ ਚੀਜ਼ਾਂ ਬਹੁਤ ਵੱਡੀਆਂ ਬਣ ਜਾਂਦੀਆਂ ਨੇ ਚਾਹੇ ਕਿਸੇ ਦਾ ਜੀ ਕਰਦਾ ਹੈ ਯਾਦ ਰੱਖਿਓ ਬਾਬਾ ਅਤਰ ਸਿੰਘ ਜੀ ਮਹਾਪੁਰਖ ਕਿਸੇ ਦੇ ਘਰ ਪ੍ਰਸ਼ਾਦਾ ਛਕਣ ਗਏ ਪ੍ਰਸ਼ਾਦਾ ਛਕਿਆ ਬਾਬਾ ਅਤਰ ਸਿੰਘ ਜੀ ਮਹਾਪੁਰਖ ਮਸਤੋਣਾ ਸਾਹਿਬ ਵਾਲੇ ਹੋਏ ਨੇ ਪਿਆਰਿਓ ਜਿਨ੍ਹਾਂ ਨੂੰ ਅਕਾਲ ਤਖਤ ਸਾਹਿਬ ਤੋਂ ਸੰਤ ਦੀ ਉਪਾਧੀ ਦਿੱਤੀ ਗਈ ਹੈ ਮਸਤੋਣਾ ਸਾਹਿਬ ਵਾਲੇ ਮਾਲਵੇ ਦੇ ਵਿੱਚ ਬਹੁਤ ਵੱਡਾ ਅਸਥਾਨ ਹੈ ਉਹਨਾਂ ਦਾ ਮਸਤੋਣਾ ਸਾਹਿਬ ਸੰਗਰੂਰ ਤੋਂ ਬਰਨਾਲਾ ਰੋਡ ਤੇ ਬਹੁਤ ਵੱਡੀ ਹਸਤੀ ਦੇ ਮਾਲਕ ਹੋਏ ਪਿਆਰੇ ਉਹ ਜਿਨ੍ਹਾਂ ਨੂੰ ਦੋ ਵਾਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਦਿਦਾਰੇ ਹੋਏ ਨੇ ਕਿਸੇ ਦੇ ਘਰ ਪ੍ਰਸ਼ਾਦਾ ਛਕਣ ਬੈਠ ਗਏ ਪ੍ਰਸ਼ਾਦਾ ਛਕਿਆ ਹੱਥ ਧਵਾ ਦਿੱਤੇ ਉਹਨਾਂ ਨੇ ਕਹਿੰਦੇ ਉੱਥੇ ਹੀ ਚੌਂਕੜਾ ਲੱਗਿਆ ਹੋਇਆ ਤੇ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ ਸ਼ੁਕਰਾਨਾ ਕਰ ਰਹੀ ਸੀ ਸਤਿਗੁਰੂ ਤੇਰਾ ਸ਼ੁਕਰਾਨਾ ਇਸ ਪਰਿਵਾਰ ਨੇ ਸੇਵਾ ਕੀਤੀ ਹੈ ਕਹਿੰਦੇ ਉੱਥੇ ਹੀ ਲਿਬ ਜੁੜ ਗਈ ਪਰਿਵਾਰ ਵਾਲੇ ਨੇ ਵੀ ਛੇੜਿਆ ਨਹੀਂ ਕਹਿੰਦੇ ਉੱਥੇ ਹੀ ਬੈਠੇ ਰਹੇ ਇੱਕ ਕਮਰੇ ਦੇ ਵਿੱਚ ਉਥੇ ਜਿੱਥੇ ਬਿਠਾ ਕੇ ਪ੍ਰਸ਼ਾਦਾ ਛਕਾਇਆ ਸੀ ਉੱਥੇ ਮੌਜੂਦ ਰਹੇ ਕਾਫੀ ਦਿਨਾਂ ਲੰਘੇ 2 2 ਦਿਨ ਦਾ ਸਮਾਂ ਹੋ ਗਿਆ ਕਹਿੰਦੇ ਤੀਜਾ ਦਿਨ ਹੋ ਗਿਆ ਮਹ ਵਰਖਾਂ ਦਾ ਜਿਹੜਾ ਧਿਆਨ ਸੀ ਉਹ ਹਟਿਆ ਉੱਠੇ ਕਹਿੰਦੇ ਚਲੋ ਭਾਈ ਸਿੰਘੋ ਚੱਲੀਏ ਹੁਣ ਸਿੰਘ ਵੀ ਉੱਥੇ ਮੌਜੂਦ ਰਹੇ ਸਾਧ ਸੰਗਤ ਕਹਿੰਦੇ ਨੇ ਕਹਿੰਦੇ ਬਾਬਾ ਜੀ ਬੈਠੋ ਪਰਿਵਾਰ ਵਾਲੇ ਕਹਿੰਦੇ ਪ੍ਰਸ਼ਾਦਾ ਛਕੋ ਫੇਰ ਜਾਣ ਦਵਾਂਗੇ ਸੇਵਾ ਹੋਰ ਦਿਓ ਕਹਿੰਦੇ ਭਾਈ ਹੁਣੇ ਤੇ ਪ੍ਰਸ਼ਾਦਾ ਛਕਿਆ ਕਹਿੰਦੇ ਨਹੀਂ ਬਾਬਾ ਜੀ 2 ਦਿਨ ਹੋ ਗਏ ਤੀਜਾ ਦਿਨ ਲੱਗਿਆ ਪ੍ਰਸ਼ਾਦਾ ਤੁਸੀਂ ਪਰਸੋ ਛਕਿਆ ਸੀ ਇਹ ਹੁੰਦੀ ਹੈ ਲਿਬ ਜੁੜਨ ਦੀ ਗੱਲ ਜਿੱਥੇ ਬੈਠ ਗਏ ਨਾ ਮਹਾਂਪੁਰਖ ਸਾਧੂ ਸੰਤ ਪਿਆਰਿਓ ਜਿੱਥੇ ਲਿਬ ਜੁੜ ਗਈ ਸੋ ਜੁੜ ਗਈ ਇਸ ਕਰਕੇ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਕੀਤੀ ਜਾਂ ਫਿਰ ਜਿਹੜੇ ਮਰਜ਼ੀ ਬਾਣੀ ਦੀ ਆਪਾਂ ਇਹ ਵੇਖੀਏ ਕਿ ਬੰਦੇ ਨੇ ਕਿੱਡੀ ਵੱਡੀ ਸੇਵਾ ਕੀਤੀ ਹੈ ਪਿਆਰਿਓ ਇਹ ਨਾ ਵੇਖੀਏ ਕਿ ਇਹ ਨਹੀਂ ਹੁੰਦਾ ਜੀ ਐ ਨਹੀਂ ਕਰਨਾ ਚਾਹੀਦਾ ਜੇ ਨਹੀਂ ਕਰਨਾ ਚਾਹੀਦਾ ਅਸੀਂ 48 ਮਿੰਟ ਬੈਠ ਕੇ ਦਿਖਾ ਦਈਏ ਪਿਆਰਿਓ ਬਹੁਤ ਵੱਡੀ ਸੇਵਾ ਹੋਏਗੀ ਸਾਡੀ ਠੀਕ ਹੈ ਜੀ ਕੀਤਾ ਕਰਨਾ ਚਾਹੀਦਾ ਹੈ ਆਹੇ ਜੋ ਪ੍ਰਾਤਨ ਸਿੰਘ ਤੁਹਾਨੂੰ ਲੱਭਿਆ ਨਹੀਂ ਲੱਭਣੇ ਇਹੋ ਜਿਹੇ ਤੇ ਬਥੇਰੇ ਮਿਲ ਜਾਣਗੇ ਜਿਨ੍ਹਾਂ ਦਾ 1 ਮਿੰਟ ਬਾਣੀ ਪੜਨੂ ਮਨ ਨਹੀਂ ਕਰਦਾ ਤੇ ਜਿਹੜੇ ਘੰਟਿਆਂ ਘੰਟਿਆਂ ਬੱਧੀ ਬੈਠ ਕੇ ਬਾਣੀ ਪੜ੍ਹਦੇ ਨੇ ਇਹੋ ਜੇ ਸਿੰਘ ਨਹੀਂ ਲੱਭਣੇ ਤੁਹਾਨੂੰ ਇਹ ਯਾਦ ਰੱਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ